ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰਿਆਂ ਨੇ ਚੜ੍ਹਦੀ ਕਲਾ 'ਚ ਹੋਗੇ, ਤੰਦਰੁਸਤ ਹੋਗੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਗੇ। ਮੈਂ ਰੀਸੈਂਟਲੀ ਇੱਕ ਬੰਦੇ ਨੂੰ ਮਿਲਿਆ, ਇੱਥੋਂ ਟੂਰਿਸਟ ਵੀਜ਼ੇ 'ਤੇ ਗਿਆ, LMIA ਲੱਲੀ, $38,000 ਉਹਨੇ ਉੱਥੇ ਖਰਚਿਆ। ਚਲੋ ਪੈਸੇ ਖਰਚੇ, ਇਟਸ ਓਕੇ। ਮਾਸਟਰ ਡਿਗਰੀ ਹੋਲਡਰ, ਆਇਲਸ ਦੇ ਵਿੱਚ 6 ਬੈਂਡ ਈਚ। ਮੈਂ CRS ਸਕੋਰ ਕੈਲਕੂਲੇਟ ਕੀਤਾ, ਮੈਂ ਕਿਹਾ ਯਾਰ 2 ਸਾਲ ਕੰਮ ਕਰਕੇ ਵੀ ਨਾ ਤੇਰਾ PR ਨਹੀਂ ਹੋਣੀ, ਕਿੰਨੀ ਕੁ ਦੇਰ ਤੱਕ ਆਪਾਂ ਟੈਕਸ ਦਿੰਦੇ ਰਹਿਣਾ। ਕਹਿੰਦਾ ਜੀ ਫੇਰ, ਮੈਂ ਕਿਹਾ ਜਿਹੜੇ ਬੰਦੇ ਨੇ ਕੰਮ ਕਰਾਇਆ ਉਹਨੂੰ ਪੁੱਛ, ਉਹਨੂੰ ਪੁੱਛਿਆ ਜਾਵੇ। ਜਵਾਬ ਪਤਾ ਕੀ ਮਿਲਿਆ? ਉਹ ਚੱਲ 18 ਮਹੀਨਿਆਂ ਜਿੰਨੇ ਪੈਸੇ ਲਾਏ 10 ਗੁਣਾ ਕਰ ਲੈਣੇ ਤੂੰ, ਉਹਦੇ ਬਾਅਦ 'ਚੋਂ ਆਪਾਂ ਤੇਰੀ ਇੱਕ ਹੋਰ LMI ਖੜਾ ਦਾਂ। ਕੁਛ ਬੰਦਿਆਂ ਨੂੰ ਮਿਲਿਆ ਜਿਹੜੇ ਸਟਰੀਟ 'ਚ ਕੰਮ ਕਰਦੇ ਪਏ ਸੀ, ਪੁੱਛਿਆ ਉਹਨਾਂ ਨੂੰ, ਇਹ ਯਾਰ ਇਹ ਪੱਕੇ ਕਦੋਂ ਹੋਣਗੇ? ਕਿੱਥੇ ਪੱਕੇ ਹੋਣੇ ਬਾਈ ਜੀ, ਇਹ ਕਸਟਮਰ ਹੈ, ਇਹ ਸਾਡੀ ਰੋਟੀ ਹੈ। ਕਿ ਜਿੰਨਾ ਗੇੜਾ ਚੱਲੀ ਜਾਊਗਾ, ਜਿੰਨੀ ਦੇਰ ਨਾਲ PR ਹੋਣਗੇ, ਉਨੀ ਦੇਰ ਤੱਕ ਇਹ ਪੈਸੇ ਭਰਦੇ ਰਹਿਣਗੇ। ਇਹ ਹੋ ਗਿਆ ਇੱਕ। ਦੂਸਰਾ ਸਟੂਡੈਂਟ, ਸਟੂਡੈਂਟ ਮੈਂ ਜਦੋਂ ਕੈਨੇਡਾ ਸੀ, ਮੈਂ ਵੀਡੀਓ ਕੀਤੀ ਸੀ ਸਿਮਰਨ ਨਾਲ, ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਸਟੂਡੈਂਟ ਹੈ, 2 ਸਾਲ ਹੋ ਗਏ। ਹੁਣ ਉੱਥੇ ਸਕਿੱਲਡ ਦੇ ਡਰਾਅ ਬਹੁਤ ਆ ਰਹੇ, ਕਿਉਂਕਿ 12ਵੀਂ ਕਰਕੇ ਮੈਜੋਰਿਟੀ ਲੋਕ ਗਏ ਹੋਏ ਹੈ, ਐਂਡ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਹਜੇ ਡਰਾਅ ਨਹੀਂ ਆ ਰਿਹਾ, ਸਕਿੱਲਡ ਦੇ ਡਰਾਅ ਆ ਰਿਹਾ ਕੈਨੇਡੀਅਨ ਐਕਸਪੀਰੀਅੰਸ ਕਲਾਸ 'ਚ। ਹੁਣ ਉਹ ਬੰਦੇ ਨੇ ਤਾਂ ਕੰਮ ਕੀਤਾ ਹੈ ਵੇਅਰ ਹਾਊਸ 'ਚ ਜਾਂ ਕਿਸੇ ਚੰਗੇ ਸਟੋਰ 'ਤੇ ਸੇਲਸ ਮੈਨੇਜਰ ਲੱਗਾ ਹੈ, ਪੜ੍ਹ ਲਿਖ ਕੇ, ਉਹਦਾ ਡਰਾਅ ਨਹੀਂ ਆਉਣਾ, ਨਹੀਂ ਆ ਰਿਹਾ। ਉਹ ਕੀ ਕਰਦਾ? ਬੰਦੇ ਕੋਲ ਜਾਂਦਾ ਸਲਾਹ ਵਾਸਤੇ, ਉਹਨੂੰ ਕਿਹਾ ਜਾਂਦਾ ਉਹ ਕਾਕਾ ਚਿੰਤਾ ਨਾ ਕਰ, ਆਪਾਂ ਤੇਰਾ ਪੇਰੋਲ ਚਲਾਉਂਦੇ ਹਾਂ। ਅੱਛਾ, ਪੇਰੋਲ ਕਿੱਥੇ ਚਲਾਵਾਂਗੇ ਜੀ? ਤੈਨੂੰ ਮੋਬਾਈਲ ਟੈਕਨੀਸ਼ੀਅਨ ਬਣਾ ਦਿੰਦੇ ਹਾਂ, ਤੈਨੂੰ ਮੀਟ ਕਟਰ ਬਣਾ ਦਿੰਦੇ ਹਾਂ, ਚੱਲ ਕੋਈ ਗੱਲ ਨਹੀਂ ਤੈਨੂੰ ਬੇਕਰ ਬਣਾ ਦਿੰਦੇ ਹਾਂ, ਕਾਰਪੈਂਟਰ ਬਣਾ ਦਿੰਦੇ ਹਾਂ। ਕਹਿੰਦਾ ਜੀ ਫਿਰ ਤੂੰ ਟੈਕਸ ਦੇਣਾ $1200 ਵੀਕ ਦਾ ਜਾਂ $900 ਵੀਕ ਦਾ, ਜੋ ਵੀ ਬੰਦਾ ਸੈਲਰੀ 'ਤੇ ਉਹ ਟੈਕਸ, ਕੈਸ਼ ਦੇ ਦੇ, ਚੈੱਕ ਲੈ ਜਾ। ਉਹ 12 ਮਹੀਨੇ ਦਾ ਗਦੀ ਗੇਟ ਚੱਲਦਾ, 12 ਪੇ ਸਲਿੱਪਾਂ ਇਕੱਠੀਆਂ ਹੋਣਗੀਆਂ, ਟੈਕਸ ਫਾਈਲ ਹੋਣਗੇ, T4 ਆਏਗੀ, ਫਿਰ ਉਹਦੇ ਬਾਅਦ 'ਚੋਂ ਆਪਣੀ PR ਦਾ ਜੇ ਉਹਦਾ ਡਰਾਅ ਨਿਕਲੇਗਾ ਨੰਬਰ ਬਣਨਗੇ ਤੇ ਹੋਣਗੇ। ਇਹ ਦੂਜਾ ਪਹਿਲੂ ਹੈ। ਇਹਨੇ ਮੈਂ ਦੂਸਰਾ ਪਹਿਲੂ ਉਸ ਬੰਦੇ ਦੀ ਗੱਲ ਕੀਤੀ, ਦੂਸਰੇ ਚੈਪਟਰ ਦੀ। ਜਿਹੜੇ ਬੰਦੇ ਨੇ ਅੱਜ 40-50 ਹਜ਼ਾਰ ਲਗਾ ਕੇ ਪੜ੍ਹਾਈ ਕੀਤੀ ਹੈ 2 ਸਾਲ, ਔਰ 2 ਸਾਲ ਹੋ ਗਏ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ, ਤੀਸਰੇ ਤਰੀਕੇ ਦੇ, ਬੰਦਾ ਜਾਂਦਾ ਉੱਥੇ, ਉਹ ਕਹਿੰਦੇ ਜੀ ਸਟੂਡੈਂਟ ਹੈ, ਉਹ ਕੱਖ ਕਿਤੇ ਪੜ੍ਹਨ ਦੀ ਲੋੜ ਨਹੀਂ, ਸਾਂਭ ਲਾਂਗੇ, ਚਿੰਤਾ ਨਾ ਕਰ, ਤੈਨੂੰ ਇੰਡੀਆ ਦੇ ਏਜੰਟ ਨੇ ਭੇਜਤਾ, ਉੱਥੇ ਤਾਂ ਚੋਰ ਬੈਠੇ ਇੰਡੀਆ, ਉਹ ਤਾਂ ਸਿਰਫ਼ ਔਰ ਸਿਰਫ ਪੈਸੇ ਲੈ ਕੇ ਭੇਜਣ ਵਾਲੀ ਗੱਲ ਸੀ, ਕੋਈ ਨਹੀਂ ਹੁਣ ਤੂੰ ਆ ਗਿਆ, ਇੰਨੇ ਪੈਸੇ ਲਾ ਕੇ ਤੂੰ ਤਗੜਾ ਹੋ ਕੇ ਕਮਾਈ ਕਰ, ਠੀਕ ਹੈ ਸਾਂਭ ਲਾਂਗੇ। ਬੰਦਾ ਕਹਿੰਦਾ ਯਾਰ ਬੰਦਾ ਬਹੁਤ ਜੈਨੂਇਨ, ਰੁਪਈਆ ਇਹਨੇ ਕੋਈ ਨਹੀਂ ਮੰਗਿਆ। 2 ਸਾਲ ਬੰਦਾ ਪੜ੍ਹਾਈ ਪੜ੍ਹੂਈ ਛੱਡ ਕੇ ਬੈਠਦਾ, 1.5 ਸਾਲ ਬਾਅਦ ਜਾਂਦਾ, ਉਹ ਕਹਿੰਦਾ ਜੀ ਹੋਰ ਵੀਰ ਜੀ ਕਿੱਦਾਂ ਜੀ, ਅਸੀਂ ਹੁਣ ਵੀਜ਼ਾ ਵਧਾਓ। ਲੋਕਾਂ ਨੇ ਉੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਬਿਨਾਂ ਪੜ੍ਹਾਈ ਕੀਤੇ ਲੋਕਾਂ ਦੇ ਵਧਾ ਤੇ। ਪਤਾ ਕਿੱਦਾਂ ਵਧਾ ਤੇ? ਕੋਈ ਬੰਦਾ ਕਿਸੇ ਕਾਲਜ, ਸਰਕਾਰੀ ਕਾਲਜ ਦੇ ਵਿੱਚ ਗਿਆ ਹੀ ਨਹੀਂ, ਐਡਮਿਸ਼ਨ ਹੀ ਨਹੀਂ ਗੀ, ਅੱਜ ਇਹਦਾ 700 ਬੰਦਾ ਡਿਪੋਰਟ ਹੋਇਆ ਨਾ, ਇਹਦਾ ਹੁਣ ਨੈਕਸਟ ਸਕੈਮ ਇਹ ਸਾਹਮਣੇ ਆਏਗਾ ਗਵਰਨਮੈਂਟ ਵੱਲੋਂ। ਉਹ ਗਿਆ ਹੀ ਨਹੀਂ, ਐਡਮਿਸ਼ਨ ਹੀ ਨਹੀਂ ਬੋਲਦੀ, ਕਿਸੇ ਰਿਕਾਰਡ 'ਚ ਨਹੀਂ ਬੋਲਦਾ। ਉਹਦਾ ਡਿਪਲੋਮਾ ਬਣਾਇਆ, ਡਿਪਲੋਮਾ ਸੀ ਅਜਮੇਰ ਸਿੰਘ ਦਾ, ਉਹਨੂੰ ਕਸ਼ਮੀਰ ਸਿੰਘ 'ਤੇ ਚੇਂਜ ਕਰਤਾ, ਨਾਮ ਹੀ ਚੇਂਜ ਕੀਤਾ, ਉੱਪਰ ਪੋਸਟ ਕਰਤਾ, ਆ ਗਿਆ ਜੀ ਵੀਜ਼ਾ ਆ ਗਿਆ। ਔਰ ਨਾਨਾ ਕਰਕੇ ਇਸ ਵੇਲੇ ਇਕੱਲੇ ਓਨਟਾਰੀਓ 'ਚ 1,000-1,200 ਬੱਚਾ ਦੀ ਅਤੇ ਗਿਣਤੀ ਮੇਰੇ ਕੋਲ ਹੋਈ ਕਿ ਜਿਨ੍ਹਾਂ ਦਾ ਆ ਵੀਜ਼ਾ ਐਕਸਟੈਂਡ ਕੀਤਾ। ਔਰ ਹੁਣ ਕੀ ਹੋਇਆ, ਅੱਜ ਕੀ ਹੋ ਰਿਹਾ, ਅੱਜ ਇਹ ਹੋ ਰਿਹਾ। ਅੱਛਾ, ਚੌਥਾ ਇੱਕ ਹੋਰ ਤਰੀਕਾ ਜੀ, ਉਹ ਵੀ ਦੱਸਦਾ। 18 ਮਹੀਨੇ ਬੱਚਾ ਪੜ੍ਹਿਆ ਨਹੀਂ, ਉੱਥੇ ਏਜੰਟਸ ਕੋਲ ਜਾਂਦਾ, ਬਾਈ ਜੀ ਹੁਣ ਵੀਜ਼ਾ ਐਕਸਟੈਂਡ ਕਰਾ ਦਿਉ। ਹੁਣ ਇਹ ਸੀ ਕੈਟੇਗਰੀ ਵਾਲੇ ਏਜੰਟ ਹੈ, ਡਿਫਰੈਂਟ ਡਿਫਰੈਂਟ। ਹੁਣ ਚੌਥੀ ਕੈਟੇਗਰੀ ਦਾ ਏਜੰਟ ਹੈ, ਉਹ ਕਹਿੰਦਾ ਉਹ ਯਾਰ ਆਪਾਂ ਸਟੂਡੈਂਟ ਵੀਜ਼ਾ ਐਕਸਟੈਂਡ ਕਰਾ ਦਿੰਦੇ ਹਾਂ। ਓਕੇ, ਹੁਣ ਮੇਰਾ ਆਰਾ ਕੀ ਬਣਿਆ? ਤੂੰ ਚਿੰਤਾ ਨਾ ਕਰ, ਕਰ ਦਾਂਗੇ ਜੁਗਾੜ। ਕੀ ਜੁਗਾੜ? ਜੁਗਾੜ ਹੀ ਕਰ ਦਾਂਗੇ। ਆ ਤੂੰ ਪੜ੍ਹਿਆ ਨਹੀਂ ਨਾ, ਆਪਾਂ $2,000-4,000 ਦੇ ਕੇ ਅਤੇ ਡਿਪਲੋਮਾ ਬਣਵਾ ਲੈਣਾ ਇਹ ਕਾਲਜ ਤੋਂ, ਛੋਟੇ ਮੋਟੇ ਤੋਂ, ਜਿਹਨੂੰ ਬੈਕਅਪ ਦਾ ਨਾਮ ਦਿੱਤਾ ਜਾਂਦਾ ਕਿ ਬੈਕਅਪ ਬਣਵਾ ਲੈਂਦੇ ਹਾਂ। ਬੈਕਅਪ ਬਣਵਾ ਲਿਆ, ਬੈਕਅਪ ਬਣਵਾ ਕੇ ਨਵੀਂ LOA ਲੈ ਕੇ ਵੀਜ਼ਾ ਐਕਸਟੈਂਸ਼ਨ ਨਹੀਂ ਪਾਤਾ, ਵੀਜ਼ਾ ਆ ਵੀ ਗਿਆ, ਵੀਜ਼ਾ ਆ ਗਿਆ, ਫਿਰ 6 ਮਹੀਨੇ ਵੱਧ ਗਿਆ। ਹੁਣ ਦੁਬਾਰਾ ਫਿਰ ਉਹੀ ਕੰਮ ਕਰਨਾ ਹੈ, ਆਪਾਂ ਇੱਕ ਵਾਰੀ ਪੈਸੇ ਖਰਚ ਕੇ LMI ਲੱਗੇ ਵਿਹਲੇ ਹੋਈਏ। ਬੰਦਾ ਕਹਿੰਦਾ ਬਾਈ ਜੀ ਬਿਲਕੁਲ ਠੀਕ ਹੈ, ਮੁਕਾਈਏ ਯਾਰ, ਮੈਂ ਆਪ ਬਹੁਤ ਥੱਕ ਗਿਆ।
पक्की हो गई है, वेले हुई है, फिर उतो कैटेगरी वन वाली फिर स्टोरी शुरू हो जाती है या कैटेगरी टू तक बंदा पहुँच जाता है। सो जे तुसी ये चारों कैटेगरीज नू रिवाइंड करके सुनो बार बार, ये सब इंटरलिंक्ड है। और कई इदां दे केसेस है कि जिहड़े सीधे भी इत्थों पीआर ते जा सकते सी, सिर्फ नॉलेज दी घाट होण करके। एक दोस्त ने कहा दूजे नू, दूजे ने तीजे नू, तीजे नू चौथे ने, अपनी रिसर्च कोई नहीं। क्यों? उन्हें ते क्वेश्चन आएगा क्यों कि गवर्नमेंट नू ये चीज़ां दा नहीं पता। कैनेडा च ना एक चीज़ सीखी, पूरा कैनेडा एक चीज़ ते चलता है, वो चीज़ का नाम पता की है? ट्रस्ट। सिर्फ ट्रस्ट ते चलता। मैं एक मॉर्गेज एडवाइजर ना बैठा है, मैं ट्रस्ट की गल दस रहा, गल इमीग्रेशन ना रिलेटेड नहीं बट मॉर्गेज ना रिलेटेड है, बट मैं उस कहानी पर वापस आवांगा। कहिंदा जी इत्थे लोकां ने इन्ने घर लिते है, तुहानू पता किसी की भी इनकम अलाओ ही नहीं करती घर खरीदन नू, जिन्नी एसेट बनाए है। मेरी हो किवें? उन्हें कुछ कैलकुलेशन जी दसी मैनू, मैनू हुण चंगी तरह याद नहीं कि भी इनकम दा तुहानू 4 टाइम या 5 टाइम तक लोन दे देंदे है। और एक प्रॉपर्टी जी किसी ने 5 मिलियन की लीती है, किसी ने 4 की लीती है। ये लोगों की इनकम चंगी है इत्थे नहीं जी, बनाइया जांदियां। मॉर्गेज एडवाइजर कोई 1% लैंदा, कोई 10% लैंदा, बनाइया जांदियां। क्या ये अन्ने है? इन्ना नज़र नहीं आता, आंदा बट रूल इदा दा जिन्हों कहिंदे आ प्रीवेसी, तुहाडा डॉक्यूमेंट किसी होर महकमे नूं नहीं भेजा जा सकता। वो सारे ग्रे एरिए का फायदा चुकया जाता है, जिन्हों मैं सुनिया डाइजेस्ट किया तो नाल ही मूँह चो पता की निकलिया। ये तो यार जुगाड़ का एंड है कि अज इंडिया च इन्नी तरक्की कर ली कि इतने कोई जादी कागज लगा के तो दिखाओ, सब कुछ ऑनलाइन वेरीफाई होता है। और एक टाइम से जो कहते इंडिया तो सब चलता है, मेरा ख्याल अच्छ टेबल घूम चुका है। वापस इमीग्रेशन की कहानी ध्यान, कैनेडा ट्रस्ट से चलता है, तो जो उन्होंने पता लगता है ट्रस्ट ब्रीच होया, दैन फिर सीधा बैन लगता है, सिर्फ बैन लगता। उस टाइम तो अथरू, उस टाइम तो कोई भी दलील अपील कोई काम नहीं आती, कुछ भी नहीं, सिर्फ और सिर्फ सज़ा होती है। एक मैं आर्टिकल पढ़ रहा सीगा, कोई मेरा ख्याल 150 मिलियन का किसी ने फ्रॉड किया कोविड दे विच, गवर्नमेंट को ग्रांटा लैन च, उते क्रिमिनल चार्जेस लगे, उन्हें कुछ पैसे वापिस किए, कुछ 10 साल च देने का वादा किया, और करके वो तो जेल च और वाइफ और उरे बच्चों तो क्रिमिनल चार्जेस हटाए गए। सो जिनी देर तक ट्रस्ट ब्रीच नहीं हो रहा कुछ नहीं बोलते, पता लग गया तो सब कुछ बोलते हैं। ये मैं जिहड़ी कहानी दस रहा ये कोई नवी नहीं है, उतों के हर न्यूज़पेपर च आई हुई है, हर रेडियो स्टेशन पर बोली जाती है। मैं एक इमीग्रेशन वाले की हमेशा तारीफ करता, बड़िया खरिया सीधिया जी गल करता, बहुत जेंटलमैन सरदार जी है, कभी नहीं मिलया मैं उन्होंने, बट शायद उम्र च मेरे तो छोटा ही होगा, बट कल्ला एक बंदा कि भी जिहड़ी गल दे विच मैनूं कुछ वचन लगा, एने मैं जिन्नियां गल्लां कह रहा ओपनली दसियां जांदियां उत्थे उरे वलों। ईवन कि इत्थों तक मैं हैरान हो गया, जुगाड़ गल असी जुगाड़ां दी कर रहे हैं।